ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਉਤੇ ਅੱਜ ਆ ਜੀ 22ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਮੋੜਨੀ ਵਟਾ ਵਾਲੀ ਦਸਤਾਰ ਸਜਾ ਕੇ ਦਿਖਾਵਾਂਗੇ ਜਿਹਦੇ ਉੱਪਰਲੇ ਪਾਸੇ ਪੰਜ ਪੰਟ ਜੇ ਲੜ ਕਿੱਦਾਂ ਕਰਦੇ ਨੇ ਉਹ ਵੀ ਤੁਹਾਨੂੰ ਪੂਰੀ ਬਰੀਕੀ ਨਾਲ ਸਮਝਾਇਆ ਜਾਊਗਾ ਜਿਹੜੇ ਮੇਰੇ ਵੀਰ ਨਵੇਂ ਨਹੀਂ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਤੇ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖਿਓ ਅੱਗੇ ਪਿੱਛੇ ਕਰਕੇ ਵੀਡੀਓ ਨੂੰ ਨਾ ਦੇਖਿਓ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪੂਰੀ ਵੀਡੀਓ ਦੇਖੋ ਜੇ ਤੁਸੀ ਸਟੈਪ ਬਾਈ ਸਟੈਪ ਸਾਰੀਆਂ ਚੀਜ਼ਾਂ ਸਮਝਣੀਆਂ ਨੇ ਕਿਉਂਕਿ ਅਸੀਂ ਪੇਜ ਬਾਈ ਪੇਜ ਤੁਹਾਨੂੰ ਹਰ ਵਾਰੀ ਨਵੀਂ ਚੀਜ਼ ਦੱਸਦੇ ਹੁੰਦੇ ਆ ਤੇ ਹੁਣ ਅਸੀਂ ਦਸਤਾਰ ਦੀ ਗੱਲ ਕਰਦੇ ਦਸਤਾਰ ਨੂੰ ਚੰਗੀ ਤਰ੍ਹਾਂ ਗਿੱਲੀ ਕਰਕੇ ਇੱਕ ਪੱਲਾ ਛੱਡ ਕੇ ਇੱਕ ਪੱਲਾ ਫੜ ਲਿਆ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਦੋਨੋਂ ਪੱਲੇ ਫੜ ਲੇ ਤੇ ਇੱਕ ਪੱਲਾ ਜਾ ਕੇ ਤੁਸੀਂ ਕਿਸੇ ਜਗਾ ਤੇ ਬੰਦ ਦੇਣਾ ਹੈ ਜਾਂ ਕਿਸੇ ਨੂੰ ਫੜਾ ਦੇਣਾ ਹੈ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਦਸਤਾਰ ਕਿਹੋ ਜਿਹੀ ਲੱਗੀ ਜੇ ਕੋਈ ਕਮੀ ਪੇਸ਼ੀ ਹੋਵੇ ਤਾਂ ਉਹ ਵੀ ਦੱਸ ਦਿਆ ਕਰੋ ਉਹਦੇ ਨਾਲ ਅਸੀਂ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਅੱਗੇ ਤੋਂ ਇਹ ਜਿਹੜਾ ਅਸੀਂ 75 ਡੇਜ਼ ਹਾਰਡ ਚੈਲੰਜ ਸ਼ੁਰੂ ਕੀਤਾ ਹੈ ਇਹਦੇ ਵਿੱਚ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਪੜਨਾ ਹਰ ਇੱਕ ਦਸਤਾਰ ਹਰ ਇੱਕ ਦੁਮਾਲਾ ਸਾਹਿਬ ਹਰ ਇੱਕ ਸੈਲੀਬ੍ਰਿਟੀ ਟਾਈਪ ਦਸਤਾਰ ਦਾ ਟਿਊਟੋਰੀਅਲ ਮਿਲੇਗਾ ਇਸ ਲਈ ਸਾਡੇ ਚੈਨਲ ਤੇ ਜੁੜੇ ਰਹੋ ਤੇ ਆਪਣੇ ਜਰੂਰੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਕੋਈ ਦਸਤਾਰ ਦਾ ਟਿਊਟੋਰੀਅਲ ਚਾਹੀਦਾ بس ਉਹ ਦਸਤਾਰ ਦਾ ਟਿਊਟੋਰੀਅਲ ਕਿਉ ਜਿਹੜਾ ਹੱਲੇ ਤੱਕ ਮੈਂ ਪੋਸਟ ਨਹੀਂ ਕੀਤਾ ਤੁਸੀਂ ਭਾਵੇਂ ਫੁੱਲ ਵੈਲ ਕਪੜਾ ਸਜਾਓ ਭਾਵੇਂ ਰੂਬੀਆ ਵੈਲ ਭਾਵੇਂ ਰੂਬੀਆ ਵੈਲ ਕੈਮੀਕਲ ਤਰੀਕਾ ਤੁਸੀਂ ਇਹੀ ਅਜਮਾਣਾ ਹੈ ਭਾਵੇਂ ਦਸਤਾਰ ਸਜਾਓ ਤੁਸੀਂ 5.5 ਮੀਟਰ 6 ਮੀਟਰ 7.5 ਮੀਟਰ ਜਾਂ 8 ਮੀਟਰ ਤੁਸੀਂ ਇਹ ਟੈਕਨੀਕ ਨੂੰ ਯੂਜ਼ ਕਰਨਾ ਹੈ ਤੁਸੀਂ ਇਨ ਆ ਕਮੈਂਟ ਕਰੋਗੇ ਇਸ ਵਿੱਚ ਇੰਨੇ ਮੀਟਰ ਦੀ ਦਸਤਾਰ ਦਾ ਟਿਊਟੋਰੀਅਲ ਪਾਓ ਇੰਨੇ ਮੀਟਰ ਚ ਇੰਨੀ ਦਸਤਾਰ ਦਾ ਆਪਾਂ ਦਸਤਾਰ ਦਾ ਟਿਊਟੋਰੀਅਲ ਕੋਈ ਰਿਪੀਟ ਨਹੀਂ ਕਰਨਾ ਹੈਗਾ ਤੇ ਹੁਣ ਆਪਾਂ ਗੱਲ ਕਰਦੇ ਆ ਪੂਣੀ ਦੀ ਪੂਣੀ ਅਸੀਂ ਕਰਦੇ ਹਾਂ ਜਿਹੜੇ ਉੱਤੋਂ ਦੀ ਪੱਲੇ ਫੜ ਕੇ ਆ ਰਹੀ ਸੀ ਉਹੀ ਪੱਲੇ ਫੜ ਕੇ ਅਸੀਂ ਪੂਣੀ ਕੱਢ ਲਈ ਹੋਈ ਸਾਰੀ ਤੇ ਦੇਖੋ ਕਿੰਨੀ ਕਿਚੋੜੀਆ ਪੂਣੀ ਕਿਉਂਕਿ ਆਪਾਂ ਇਹਦੇ ਵਿੱਚ ਵੱਟ ਪਾਣੇ ਨੇ ਤੇ ਮੋਹ ਨਹੀਂ ਦਸਤਾਰ ਸਜਾਣੀ ਹੈ ਦੋਨਾਂ ਪਾਸੇ 5-5 ਲੜ ਕੱਟਨੇ ਨੇ ਉਹਦੇ ਲਈ ਪੂਣੀ ਦਾ ਚੋੜਾ ਹੋਣਾ ਜ਼ਰੂਰੀ ਹੁੰਦਾ ਆ ਸੈਂਟਰ 'ਚ ਜੁੜਾ ਸਾਹਿਬ ਕਰਕੇ ਨਾਲ ਕੰਗਾ ਸਾਹਿਬ ਰੱਖ ਕੇ ਅ ਦੇਖੋ ਮੀਡੀਆ ਕਰਕੇ ਜਿਹੜਾ ਹੈ ਤੁਸੀਂ ਬੇਸ ਨਾਸ ਸਜਾਇਆ ਕਰੋ ਕਿਉਂਕਿ ਜਦੋਂ ਦਸਤਾਰ ਉੱਤੇ ਸਜਦੀ ਆ ਤਾਂ ਤੁਹਾਡਾ ਸਿਰ ਦਰਦ ਕਰਨਾ ਸ਼ੁਰੂ ਕਰ ਦਿੰਦਾ ਉਸ ਜਗ੍ਹਾ ਤੋਂ ਤੇ ਬਾਕੀ ਇਸ ਤਰੀਕੇ ਨਾਲ ਤੁਸੀਂ ਹਰ ਇੱਕ ਜਗ੍ਹਾ ਤੋਂ ਕੇਸਰ ਨੂੰ ਅੰਦਰ ਕਰ ਲੈਣਾ ਹੈ ਜਿੱਥੋਂ ਵੀ ਤੁਹਾਨੂੰ ਲੱਗਦਾ ਹੈ ਕਿ ਬਾਹਰ ਆ ਰਹੇ ਨੇ ਕੇਸ ਚੰਗੀ ਤਰ੍ਹਾਂ ਹਰ ਇੱਕ ਹਿੱਸੇ ਤੋਂ ਕੇਸਰ ਨੂੰ ਅੰਦਰ ਕਰਨ ਤੋਂ ਬਾਅਦ ਚੋ ਅਸੀਂ ਜਿਹੜਾ ਇਹ 80 ਸੈਂਟੀਮੀਟਰ ਦਾ ਪਰਨਾ ਇਹਨੂੰ ਸਜਾ ਲਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸਜਾਣਾ ਹੈ ਕਿਉਂਕਿ ਇਹ ਸੱਜੇ ਪਾਸੇ ਉਸੀ ਜ਼ਿਆਦਾ ਉੱਚਾ ਨਹੀਂ ਲਗਾਉਣਾ ਥੋੜਾ ਨੀਵਾ ਰੱਖਣਾ ਹੈ ਤੇ ਇੱਕ ਵਾਰੀ ਪਿੰਚ ਕਰਕੇ ਜਿੱਦਾਂ ਅਸੀਂ ਦਸਤਾਰ ਤੇ ਲੜ ਪਰੋਜੀ ਲਗਾ ਦੇਣਾ ਹੈ ਹਰ ਇੱਕ ਵੀਡੀਓ ਚ ਤੁਹਾਨੂੰ ਦਸਤਾਰ ਦਾ ਤੇ ਪੂਣੀ ਦਾ ਵਿਦ ਬੇਸ ਤੁਹਾਨੂੰ ਟਿਊਟੋਰੀਅਲ ਇਸ ਲਈ ਦਿੱਤਾ ਜਾਂਦਾ ਤਾਂ ਜੋ ਤੁਸੀਂ ਚੰਗੀ ਤਰ੍ਹਾਂ ਸਮਝ ਸਕੋ ਕਿ ਅਸੀਂ ਪੂਣੀ ਹਮੇਸ਼ਾ ਜਿਹੜੇ ਵੀ ਤਰੀਕੇ ਨਾਲ ਤੁਹਾਨੂੰ ਦਿਖਾਣੇ ਆ ਉਸੇ ਤਰੀਕੇ ਨਾਲ ਕਰਕੇ ਹੀ ਦਸਤਾਰ ਸਜਾਣੇ ਆ ਤੇ ਇਸ ਦੇ ਉੱਪਰੋਂ 50 ਸਜਾ ਕੇ ਤੁਸੀਂ ਦਸਤਾਰ ਸਜਾਉਣੀ ਸ਼ੁਰੂ ਕਰਨੀ ਹੈ ਆਪਣੀ ਜਿਹੜੀ ਦਸਤਾਰ ਹੈ 8 ਮੀਟਰ ਦੀ ਦਸਤਾਰ ਹੈ ਤੇ ਰੂਬੀਆ ਵੈਲ ਕੈਮੀਕਲ ਕਪੜਾ ਹੈ ਪਹਿਲੇ ਪੇਚ ਤੋਂ ਹੀ ਅਸੀਂ ਵਟਪਾਣੇ ਸਟਾਰਟ ਕਰ ਦੇਣੇ ਨੇ ਸਾਰੀਆਂ ਦਸਤਾਰਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਦਸਤਾਰ ਦਾ ਤੁਹਾਡੀ ਦਾ ਕਿੰਨਾ ਪੇਚ ਆਉਂਦਾ ਆ ਤੇ ਉਸ ਹਿਸਾਬ ਨਾਲ ਮੂਹ ਦੇ ਵਿੱਚ ਉਨਾ ਹੀ ਲੜ ਛੱਡ ਕੇ ਫੜਨਾ ਆ ਤੇ ਪਹਿਲਾਂ ਤਾਂ ਉੱਪਰਲੇ ਪੇਜ ਨੂੰ ਚੰਗੀ ਤਰ੍ਹਾਂ ਖੋਲਣਾ ਆ ਖੋਲ ਕੇ ਪਹਿਲਾਂ ਇਹਨੂੰ ਇੱਕ ਵਾਰੀ ਅੰਦਰ ਨੂੰ ਫੋਲਡ ਕਰਾਂਗੇ ਇਹਦੇ ਨਾਲ ਤੁਹਾਡਾ ਇੱਕ ਵਧੀਆ ਜਿਹਾ ਪੇਚ ਬਣ ਜਾਊਗਾ ਜਿੰਨਾ ਤੁਸੀਂ ਆਪਣੀ ਜਗ੍ਹਾ ਤੇ ਰੱਖੋਗੇ ਤਾਂ ਖਿਸਕੂਗਾ ਨਹੀਂ ਇਹਦੇ ਉੱਪਰ ਜੀ ਤਿੰਨ ਚਾਰ ਵਾਟੇ ਜੇ ਇਕੱਠੇ ਜੇ ਕਰਕੇ ਸਿੱਧੇ ਸਿੱਧੇ ਦੇ ਰੱਖ ਲੈਣੇ ਆ ਕਿਉਂਕਿ ਅਸੀਂ ਇਹਦੇ ਵਿੱਚ ਨਾ ਵਟਾ ਵਾਲੀ ਦਸਤਾਰ ਸਜਾ ਰਹੇ ਆ ਪਹਿਲੇ ਲੜ ਦੇ ਵਿੱਚ ਕੋਸ਼ਿਸ਼ ਕਰਿਓ ਵਟ ਪਾਣ ਦੀ ਦੇਖੋ ਕਦੀ ਕਿਸੇ ਜ਼ਰੂਰੀ ਨਹੀਂ ਕਿ ਤੁਸੀਂ ਹਰ ਵਾਰੀ ਕਿਸੇ ਦੀ ਕਈ ਗੱਲ ਤੇ ਵਿਸ਼ਵਾਸ ਹੀ ਕਰਨਾ ਹੈ ਪਹਿਲੇ ਲੜ ਤੇ ਤੁਹਾਡੇ ਕੋਲ ਵਟ ਪੈਂਦੇ ਆ ਪਾਓ ਨਹੀਂ ਪੈਂਦੇ ਆ ਨਾ ਪਾਓ ਕੋਈ ਗੱਲ ਨਹੀਂ ਹੈਗੀ ਉਹਦੇ ਵਿੱਚ ਬਟ ਜੇ ਕੋਈ ਤੁਹਾਨੂੰ ਇਹ ਕਹਵੇ ਕਿ ਪਹਿਲੇ ਲੜ ਤੇ ਵਟ ਪਾਣਾ ਗਲਤ ਗੱਲ ਹੈ ਉਹ ਗਲਤ ਕਹਿ ਰਿਹਾ ਤੁਹਾਨੂੰ ਠੀਕ ਹੈ ਕਦੀ ਗਾਈਡ ਗਲਤ ਨਹੀਂ ਕਰਨਾ ਚਾਹੀਦਾ ਕਿਸ ਨੂੰ ਜੇ ਤੁਹਾਡੇ ਕੋਲ ਵਟ ਨਹੀਂ ਪੈਂਦੇ ਤਾਂ ਇਹ ਤੁਹਾਡੇ 'ਚ ਕਮੀ ਆ ਇਹ ਪੱਗ 'ਚ ਕਮੀ ਨਹੀਂ ਹੈਗੀ ਕੋਈ ਠੀਕ ਹੈ ਜੀ ਵਟ ਪਾਣ ਦੀ ਕੋਸ਼ਿਸ਼ ਕਰਨੀ ਆ ਸਿ ਹਰ ਕਿਸੇ ਤੇ ਤੇ ਮੇਰੀ ਗੱਲ ਸੁਣੋ ਇਸ ਲੜ ਦੇ ਵਿੱਚ ਚੰਗੀ ਤਰ੍ਹਾਂ ਵੱਟ ਪਾਣ ਤੋਂ ਬਾਅਦ ਤੁਸੀਂ ਇਹਨੂੰ ਸੈਂਟਰ ਦੇ ਵਿੱਚ ਲਗਾ ਕੇ ਤੁਸੀਂ ਇਸ ਜਗ੍ਹਾ ਤੋਂ ਸੈੱਟ ਕਰਕੇ ਲਗਾ ਦੇਣਾ ਪਿੱਛੇ ਤੱਕ ਤੁਸੀਂ ਕੀ ਕਰਨਾ ਮੇਰੇ ਵੀਰੋ ਚੰਗੀ ਤਰ੍ਹਾਂ ਵੱਟ ਪਾਣੀ ਇਸ ਲੜ ਦੇ ਵਿੱਚ ਪੂਰੀ ਡੀਪਲੀ ਟਿਊਟੋਰੀਅਲ ਮਿਲੂਗਾ ਤੁਹਾਨੂੰ ਇਹ ਹਰ ਇੱਕ ਇਸੇ ਤੱਕ ਚੰਗੀ ਤਰ੍ਹਾਂ ਵੱਟ ਪਾਣ ਤੋਂ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਜੇ ਕੋਈ ਡੰਗ ਪੈਂਦਾ ਹੋਵੇ ਉਹਨੂੰ ਸੈੱਟ ਕਰਨਾ ਹੈ ਅੰਦਰਲੇ ਹਿੱਸੇ ਤੋਂ ਦੇਖੋ ਕਿੰਨਾ ਨੀਵਾ ਲੜ ਲਾਇਆ ਮੈਂ ਇਹ ਇਹਦੇ ਵਿੱਚ ਕਿਉਂ ਲਾਇਆ ਸੀ ਇੰਨਾ ਨੀਵਾ ਤਾਂ ਜੋ ਜਦੋਂ ਆਪਾਂ ਇਹ ਤੋਂ ਅਗਲਾ ਪੇਚ ਲਗਾਈਏ ਉਹ ਆਪਣੀ ਜਗ੍ਹਾ ਤੇ ਬੈਠ ਸਕੇ ਤੇ ਕਈ ਵਾਰ ਇਦਾਂ ਹੁੰਦਾ ਦਸਤਾਰ ਸਜਾਉਣ ਦਾ ਆਪਣਾ ਪਹਿਲਾ ਲੜ ਖਿਸਕਦਾ ਵੀ ਹੁੰਦਾ ਹੈ ਇਹ ਵੀ ਕਾਰਨ ਹੈ ਇੱਕ ਜਾਦਾ ਨੀਮਾ ਲਗਾਉਣ ਦਾ ਲੜ ਤੇ ਸੱਜੇ ਪਾਸੇ ਉਸ ਲੜ ਨੂੰ ਪਿੰਚ ਕੀਤਾ ਦੇਖੋ ਅੰਦਰੋਂ ਜੀ ਅਸੀਂ ਕੱਲਾ ਸਿੰਗਲ ਪੱਲਾ ਹੀ ਉੱਪਰ ਨੂੰ ਚੱਕਤਾ ਤੇ ਬਾਹਲਾ ਪੱਲਾ نیچے ਨੂੰ ਖੋਲਤਾ ਆ ਕਿਉਂਕਿ ਇਹਦੇ ਅਸੀਂ 5-5 ਲੜ ਘੱਟਨੇ ਆ ਤੇ ਉੱਪਰਲੀ ਸਾਈਡ ਤੇ ਤਿੰਨ ਗੁਲਾ ਦੇ ਗੈਪ ਬਣਾ ਅਸੀਂ ਵਟ ਬਣਾਣੇ ਸ਼ੁਰੂ ਕਰ ਦਿੱਤੇ ਹੋਏ ਆ ਜਿੰਨੇ ਕ ਵਟ ਪੈਂਦੇ ਨੇ ਪਹਿਲੇ ਲੜ ਦੇ ਉਨੇ ਵਟ ਬਣਾ ਲੈਣੇ ਤੁਸੀਂ ਪਿੰਚ ਕਰਨਾ ਸਾਰੇ ਵਟਾਂ ਨੂੰ ਇੱਕੋ ਜਗ੍ਹਾ ਤੇ ਬਣਾਣਾ ਹੈ ਫਿਰ ਇੱਕੋ ਜਗ੍ਹਾ ਤੇ ਰੱਖ ਦੇਣਾ ਹੈ ਖੱਬੇ ਹੱਥ ਨਾਲ ਲੜ ਨੂੰ ਹਮੇਸ਼ਾ ਖਿੱਚ ਤੇ ਇੱਕ ਇੱਕ ਕਰਕੇ ਜਿਹੜੇ ਵੱਟ ਬਣਾਏ ਸੀ ਤੁਸੀਂ ਉਹਨਾਂ ਨੂੰ ਖਿੱਚ ਲੈਣਾ ਆ ਥੱਲੇ ਤੱਕ ਚੰਗੀ ਤਰ੍ਹਾਂ ਖੋਲ ਲੈਣੇ ਆ ਵੱਟ ਦੇਖੋ ਫਿਰ ਅਸੀਂ ਉੱਪਰਲੀ ਸਾਈਡ ਤੋਂ ਵੀ ਇਸ ਪੇਜ ਨੂੰ ਖੋਲ ਲੈਣਾ ਆ ਇਹੀ ਕਾਰਨ ਸੀਗਾ ਕਿ ਇਸ ਲੜ ਨੂੰ ਅਸੀਂ ਕੱਲੇ ਬਾਹਰਲੇ ਪੱਲੇ ਦੇ ਹੀ ਵੱਟ ਬਣਾਏ ਆ ਕਿਉਂਕਿ ਅੰਦਰੋਂ ਜੀ ਦੂਜੇ ਪੱਲੇ ਨੂੰ ਅਸੀਂ ਉੱਪਰ ਨੂੰ ਖੋਲ ਦੇਣਾ ਹੈ ਕਿਉਂਕਿ ਉੱਪਰਲੀ ਸਾਈਡ ਤੇ ਵੀ ਪੰਜ ਪੰਜ ਵੱਟ ਲੜ ਬਣਾਣੇ ਨੇ ਅਸੀਂ ਤੇ ਇਸ ਜਗ੍ਹਾ ਤੇ ਤੁਸੀਂ ਵੱਟਾਂ ਦੇ ਵਿੱਚੋਂ ਸੈਂਟਰ 'ਚੋਂ ਫੜ ਕੇ ਹਰ ਇੱਕ ਵੱਟ ਦੇ ਸੈਂਟਰ 'ਚੋਂ ਫੜ ਕੇ ਡਬਲ ਵੱਟ ਕੱਢ ਦੇਣੇ ਉਹਦੇ ਠੀਕ ਹੈ ਸਿੱਧੇ ਸਿੱਧੇ ਵੱਟ ਨਹੀਂ ਰਹਿਣ ਦੇਣੇ ਅਸੀਂ ਪੂਰੀ ਡਿਟੇਲਿੰਗ ਦੇ ਵਿੱਚ ਦੱਸਣ ਦਾ ਇਹੀ ਆ ਕਿ ਤੁਹਾਨੂੰ ਸਮਝ ਆਵੇ ਵੀਡੀਓ ਲੰਬੀ ਹੋ ਜਵੇ ਕੋਈ ਗੱਲ ਨਹੀਂ ਪਰ ਤੁਹਾਨੂੰ ਸਮਝ ਆਣਾ ਚਾਹੀਦਾ ਹੈ ਉਸ ਚੀਜ਼ ਨੂੰ ਕਰਨਾ ਕਿਦਾਂ ਫਿਰ ਪਿੱਛੇ ਤੱਕ ਸੈੱਟ ਕਰਨ ਤੋਂ ਬਾਅਦ ਜੋ ਪਿੱਛੋਂ ਪਿੰਚ ਕਰ ਦੇਣਾ ਇੱਕ ਵਾਰੀ ਜੇ ਵੱਟ ਤੁਹਾਡੇ ਥਲੇ ਟਿਕਦੇ ਆ ਤਾਂ ਇਸ ਤਰ੍ਹਾਂ ਅੰਗੂਠੇ ਨਾਲ ਸੈੱਟ ਕਰ ਸਕਦੇ ਹੋ ਤੁਸੀਂ ਬਾਅਦ ਦੇ ਵਿੱਚ ਜਦੋਂ ਅਸੀਂ ਸਲਾਈਨਾਂ ਵਟਾਂ 'ਚ ਵੱਟ ਪਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਉਹ ਵੀ ਡਿਟੇਲ 'ਚ ਦੱਸਾਂਗੇ ਪਿੱਛੋਂ ਜੀ ਉੱਪਰੋਂ ਪਿੰਚ ਕਰਨ ਤੋਂ ਬਾਅਦ ਜੋ ਇਸ ਲੜ ਨੂੰ ਪਹਿਲੇ ਲਾਏ ਲੜ ਦੇ ਬਰਾਬਰ ਰੱਖਣਾ ਹੈ ਤੇ ਇਸ ਜਗ੍ਹਾ ਤੋਂ ਦਸਤਾਨਾ ਉੱਪਰ ਚੱਕਣਾ ਹੈ ਤੇ ਉੱਪਰਲੀ ਸਾਈਡ ਤੋਂ ਮੋਟਾ ਕਰਨਾ ਪੇਚ ਨੂੰ ਜਿੱਦਾਂ ਪਹਿਲਾ ਪੇਚ ਮੋਟਾ ਕੀਤਾ ਸੀ ਇਹਦੇ ਵਿੱਚ ਤੁਸੀਂ ਦੋਨੇ ਲੜਾਂ ਦੇ ਜਿਹੜੇ ਦੋਨੇ ਲੜਾਂ نیچے ਹੁੰਦੇ ਨਾ ਉਹਨਾਂ ਦੇ ਵੱਟ ਬਣਾ ਸਕਦੇ ਹੋ ਤਿੰਨ ਕੁੰਗਲਾ ਦੇ ਗੈਪ ਨਾਲ ਇੱਥੇ ਵੀ ਵੱਟ ਬਣਾਉਣੇ ਸ਼ੁਰੂ ਕਰ ਦੇਣੇ ਆ ਤੁਸੀਂ ਜਿੰਨੇ ਕ ਤੁਹਾਨੂੰ ਲੋੜ ਆ ਬਟ ਇਹ ਮੋੜ ਨਹੀਂ ਦਸਤਾਨਾ ਇਹਦੇ ਵਿੱਚ ਅਸੀਂ ਦਸਤਾਰ ਦੀ ਗੁਲਾਈ ਨਹੀਂ ਕਢਣੀ ਨਾ ਤਾਂ ਕੋਈ ਪੇਚ ਜ਼ਿਆਦਾ ਚੌੜਾ ਲੈਣਾ ਹੈ ਘੱਟ ਵੀ ਬਣਾਣੇ ਹੋਏ ਤਾਂ ਘੱਟ ਵੀ ਚੱਲਣਗੇ ਤੇ ਜਿਵੇਂ ਤੁਹਾਨੂੰ ਦੁਖਾਇਆ ਕਿ ਨਿਚਲੇ ਲੜ ਦੇ ਵੀ ਵੱਟ ਬਣਾ ਕੇ ਤੁਸੀਂ ਇੱਕ ਜਗ੍ਹਾ ਤੇ ਪਿੰਚ ਕਰ ਦੇਣਾ ਹੈ ਉੱਪਰੋਂ ਵੀ ਨਾਲ-ਨਾਲ ਦਸਤਾਨ ਨੂੰ ਪਿੰਚ ਕਰਾਂਗੇ ਤੇ ਖੱਬੇ ਹੱਥ ਨਾਲ ਪੇਚ ਨੂੰ ਖਿੱਚ ਕੇ ਰੱਖਣਾ ਹੈ ਜੇ ਕੋਈ ਵੱਟ نیچے गिरਦਾ ਹੋਵੇ ਤਾਂ ਉਹਨੂੰ ਅੰਗੂਠੇ ਨਾਲ ਸੈਟਲ ਕਰਨਾ ਹੈ ਆਪਣੀ ਜਗ੍ਹਾ ਤੇ ਚੰਗੀ ਤਰ੍ਹਾਂ ਪਿੱਛੇ ਤੱਕ ਸਾਰੇ ਵੱਟ ਤੁਸੀਂ ਸਹੀ ਤਰੀਕੇ ਨਾਲ ਕਰਨੇ ਨੇ ਤਾਂ ਜੋ ਤੁਹਾਡੇ ਵੱਟਾ ਜਿਹੜੇ ਇੱਕ ਦੂਜੇ ਦੇ ਉੱਪਰ ਲੰਮਕਦੇ ਜੇ ਨਜ਼ਰ ਨਾ ਆਣ ਸਾਰੇ ਇੱਕੋ ਜਿਹੇ ਲੱਗਣ ਉੱਪਰਲੀ ਸਾਈਡ ਤੋਂ ਇਸ ਪੇਚ ਨੂੰ ਖੋਲਣਾ ਹੈ ਜਿਵੇਂ ਤੁਹਾਨੂੰ ਦੱਸਿਆ ਸੀ ਅਸੀਂ ਇਹਦੇ ਵਿੱਚ ਜ਼ਿਆਦਾ ਲੜ ਖੋਲਣੇ ਨਹੀਂ ਹੈਗੇ ਸ਼ੇਪ ਬਣਾਣੀ ਹੈ ਮੋਨ ਨਹੀਂ ਦਸਤਾਰ ਦੀ ਆਪਾਂ ਨਾ ਤਾਂ ਕੋਈ ਪਟਿਆਲਾ ਸ਼ਹੀਦ ਦਸਤਾਰ ਸਜਾ ਰਹੇ ਆ ਨਾ ਕੋਈ ਸੈਮੀ ਸ਼ੇਪ ਦੇ ਵਿੱਚ ਆਪਾਂ ਇਹਦੇ ਵਿੱਚ ਲੜ ਜਿਹੜੇ ਆ ਸਿੱਧੇ-ਸਿੱਧੇ ਲਾਣੇ ਆ ਉੱਪਰਲੀ ਸਾਈਡ ਤੋਂ ਬੈਲੈਂਸ ਬਣਾ ਕੇ ਦੋਨਾਂ ਸਾਈਡਾਂ ਤੋਂ ਮੋਣੀ ਦਸਤਾਰ ਦਾ ਪਿੱਛੇ ਤੱਕ ਵੱਟ ਸਹੀ ਕਰਨ ਤੋਂ ਬਾਅਦ ਚ ਤੁਸੀਂ ਦੇਖ ਲੈਣਾ ਕਿੱਥੇ ਲਾ ਕੇ ਇਹ ਲੜ ਸਹੀ ਸ਼ੇਪ ਬਣਦੀ ਪਈ ਆ ਦਸਤਾਰ ਦੀ ਸਾਰੇ ਵੱਟ ਪਿੱਛੇ ਤੱਕ ਸਿੱਧੇ ਜੇ ਕਰਕੇ ਪਿੱਛੋ ਜੀ ਦਸਤਾਰ ਨੂੰ ਇਸ ਤਰੀਕੇ ਨਾਲ ਪਿੰਚ ਕਰ ਦੇਣਾ ਉੱਪਰਲੀ ਸਾਈਡ ਤੋਂ ਵੀ ਤੁਸੀਂ ਕੀ ਕਰਨਾ ਸਾਰੇ ਪੇਚ ਜਿਹੜੇ ਖੋਲਣੇ ਨੇ ਖੋਲਣ ਦਾ ਫਾਇਦਾ ਇਹ ਹੈ ਕਿ ਉੱਪਰ ਤੁਸੀਂ 5-5 ਲੜ ਕੱਢ ਲਓਗੇ ਬਾਅਦ ਦੇ ਵਿੱਚ ਇਹ ਚੀਜ਼ ਤੁਹਾਨੂੰ ਪਹਿਲਾਂ-ਪਹਿਲਾਂ ਕਰਨੀ ਔਖੀ ਲੱਗ ਸਕਦੀ ਹੈ ਬਟ ਟਾਈਮ ਦੇ ਹਿਸਾਬ ਨਾਲ ਤੁਸੀਂ ਇਸ ਚੀਜ਼ ਦੀ ਪ੍ਰੈਕਟਿਸ ਕਰਕੇ ਮਹਾਰਤ ਹਾਸਲ ਕਰ ਸਕਦੇ ਹੋ ਇਹਦੇ ਵਿੱਚ ਤੇ ਹੁਣ ਤੁਸੀਂ ਕੀ ਕਹਿੰਦਾ ਸਲਾਈ ਦੇ ਹੱਲਪ ਨਾਲ ਜਿਹੜੇ ਵਟੇ نیچے ਗਿਰੇ ਨੇ ਇੱਕ-ਇੱਕ ਕਰਕੇ ਇਹਨਾਂ ਨੂੰ ਸਾਫ਼ ਕਰਨਾ ਹੈ ਸੈੱਟ ਕਰਨਾ ਹੈ ਦੇਖੋ ਇਹਨਾਂ ਚੀਜ਼ਾਂ ਨੂੰ ਕਰਨ ਦੀ ਤੁਹਾਨੂੰ ਪ੍ਰੈਕਟਿਸ ਹੋਊਗੀ ਤਾਂ ਤੁਸੀਂ ਇਸ ਚੀਜ਼ ਨੂੰ ਪੂਰੀ ਪਰਫੈਕਟਲੀ ਕਰ ਸਕਦੇ ਹੋ ਠੀਕ ਹੈ ਇਸ ਜਗ੍ਹਾ ਤੇ ਜੇ ਤੁਹਾਨੂੰ ਲੱਗਦਾ ਹੋਵੇ ਕਿ ਵਟਾਂ ਦੇ ਵਿੱਚ ਕੋਈ ਕਮੀ ਪੇਸ਼ੀ ਲੱਗ ਰਹੀ ਹੈ ਤੁਹਾਨੂੰ ਵਟੇ نیچے ਖਿੱਚ ਕੇ ਦੁਬਾਰਾ ਉੱਪਰ ਨੂੰ ਕਰ ਦੇਣਾ ਉਹਨਾਂ ਨੂੰ ਇਹਦੇ ਨਾਲ ਤੁਹਾਡੇ ਵਟਾਂ ਦੇ ਵਿੱਚ ਵਟ ਪੈ ਜਾਣੇ ਆ ਠੀਕ ਹੈ ਤੇ ਹੁਣ ਤੁਸੀਂ ਕੀ ਕਰਨਾ ਹੈ ਮੇਰੇ ਦੋਸਤੋ ਸੱਜੇ ਪਾਸੇ ਜਿਹੜਾ ਇਹ ਪੱਲਾ ਲਗਾਣਾ ਹੈ ਇਹਦੇ ਵਿੱਚ ਦੋਨੋਂ ਪੱਲੇ ਬਰਾਬਰ ਕਰਨੇ ਆ ਪਿੱਛੋਂ ਦੀ ਪਿੰਚ ਕਰਕੇ ਮੋਟਾ ਹਿੱਸਾ ਉੱਪਰ ਰੱਖ ਦੇਣਾ ਹੈ ਤੇ ਦੋਨੋਂ ਖੁੱਲੇ ਪੱਲੇ ਨੀਚਲੀ ਸਾਈਡ ਤੇ ਦੋਨੋਂ ਪੱਲੇ ਤੁਹਾਡੇ ਬਰਾਬਰ ਹੋਣੇ ਚਾਹੀਦੇ ਆ ਕਿਉਂਕਿ ਨੀਚਲੇ ਹਿੱਸੇ ਤੇ ਵੀ ਕਪੜੇ ਦੀ ਲੋੜ ਆ ਸਾਨੂੰ ਉੱਪਰਲੀ ਸਾਈਡ ਤੋਂ ਇਸ ਪੇਚ ਨੂੰ ਮੋਟਾ ਕਰਾਂਗੇ ਜੇ ਕੋਈ ਉੱਪਰ ਵਟ ਵਟੇਮਾ ਪਹਿ ਰਿਆ ਤੁਹਾਨੂੰ ਥੱਲੇ ਖਿੱਚ ਲਵਾਂਗੇ ਤੇ ਉੱਪਰੋਂ ਜੀ ਫਿਰ ਤਿੰਨ ਕੁੰਗਲਾ ਦੇ ਗੈਪ ਨਾਲ ਤੁਸੀਂ ਵਟ ਬਣਾਉਣੇ ਸ਼ੁਰੂ ਕਰ ਦੇਣੇ ਨੇ ਹੋ ਸਕੇ ਤਾਂ ਸਲਾਈਨ ਨੂੰ ਲੁਕਾਉਣ ਦੀ ਕੋਸ਼ਿ ਤੇ ਪਹਿਲਾਂ ਅਸੀਂ ਉੱਪਰਲੇ ਪੱਲੇ ਦੇ ਜਿੰਨੇ ਹੋ ਸਕਣ ਵਟ ਪਿੰਚ ਕਰ ਲੈਣੇ ਨੇ ਕਿ ਜਗਾ ਤੇ ਜਦੋਂ ਲੜ ਮੁੱਕ ਗਿਆ ਫਿਰ ਨੀਚਲੇ ਪੱਲੇ ਦੇ ਥੋੜੀ ਜਿਹੀ ਵਟ ਪਿੰਚ ਕਰ ਲੈਣੇ ਨੇ ਜਿਆਦਾ ਵਟ ਨਹੀਂ ਬਣਾਣੇ ਅਸੀਂ ਇਹਦੇ ਵਿੱਚ ਕਿਉਂਕਿ ਆਪਾਂ ਪੇਚਾਂ ਨੂੰ ਕੋਈ ਜਿਆਦਾ ਖੋਲਣਾ ਨਹੀਂ ਹੈਗਾ ਬਹੁਤ ਘੱਟ ਜਗਾ ਤੇ ਇਹ ਪੇਚ ਆਪਣੇ ਖੁੱਲਣੇ ਆ ਕਿਉਂਕਿ 6 ਪੇਚ ਆ ਤੇ ਸਜਾ ਵੀ ਆਪਾਂ ਮੂਹ ਨਹੀਂ ਦਸਤਾ ਰਹੇ ਆ ਬਸ ਵਟ ਤੁਹਾਡੇ ਕੋਸ਼ਿਸ਼ ਕਰਿਓ ਉਸ ਜਗ੍ਹਾ ਦੇ ਵਿੱਚ ਜਿਆਦਾ ਤੋਂ ਜਿਆਦਾ ਬਣਾਉਂਦੀ ਠੀਕ ਹੈ ਜਿੰਨੀ ਕਿ ਜਗ੍ਹਾ ਦੇ ਵਿੱਚ ਲੜ ਨਾਣਾ ਨਾ ਤੁਸੀਂ ਤੇ ਵਟ ਦੇ ਵਿੱਚੋਂ ਵਟ ਕੱਟਣ ਤੋਂ ਬਾਅਦ ਤੁਸੀਂ ਪਿੱਛੇ ਤੱਕ ਇਸ ਪੇਜ ਨੂੰ ਲਗਾਣਾ ਹੈ ਸਹੀ ਤਰੀਕੇ ਨਾਲ ਕਰਕੇ ਕਿ ਦਸਤਾਰ ਉੱਪਰ ਨੂੰ ਸ਼ੇਪ ਆ ਜਿਹੜੀ ਵੱਧਦੀ ਜਾਵੇ ਉੱਪਰ ਨੂੰ ਵੀ ਸ਼ੇਪ ਦਸਤਾਰ ਬਣਦੀ ਜਾਵੇ ਉੱਪਰ ਨੂੰ ਠੀਕ ਹੈ ਬਾਹਰ ਨੂੰ ਨਿਕਲਦੀ ਜਾਵੇ ਥੋੜੀ ਥੋੜੀ ਤੇ ਇਸ ਜਗ੍ਹਾ ਤੋਂ ਵੀ ਉੱਪਰੋਂ ਵੀ ਪੇਜ ਨੂੰ ਖੋਲਣਾ ਹੈ ਕਿਉਂਕਿ ਆਪਾਂ ਉੱਪਰ ਵੀ ਪੰਜ-ਪੰਜ ਪੇਜ ਦਿਖਾ ਸਕੀਏ ਸਾਫ਼ ਤਰੀਕੇ ਨਾਲ ਪਿੱਛੇ ਤੱਕ ਸਾਰੇ ਵਟਾਂ ਨੂੰ ਸੈੱਟ ਕਰਦੇ ਹੋਏ ਤੁਸੀਂ ਇੱਕ ਵਾਰੀ ਸ਼ੇਪ ਨੂੰ ਦੇਖਣਾ ਹੈ ਧਿਆਨ ਦੇਣਾ ਨਾਲ ਦੀ ਨਾਲ ਤੇ ਫੇਰ ਪਿੱਛੋ ਜੀ ਦਸਤਾਰ ਨੂੰ ਪਿੰਚ ਕਰ ਦੇਣਾ ਹੈ ਹੁਣ ਅਸੀਂ ਕੀ ਕਰਨਾ ਹੈ ਮੇਰੇ ਵੀਰੋ ਇਸ ਜਗ੍ਹਾ ਤੋਂ ਫ ਸਲਾਈ ਦੀ ਹੈਲਪ ਨਾਲ ਸਾਰੇ ਜਿਹੜੇ ਵੱਟ ਬਣਾਏ ਨੇ ਉਹਨਾਂ ਨੂੰ ਆਪਣੀ ਜਗ੍ਹਾ ਤੇ ਕਰਾਂਗੇ ਤੇ ਅੰਗੂਠੇ ਦੀ ਹੈਲਪ ਨਾਲ ਤੁਸੀਂ ਦਬਾ ਵੀ ਸਕਦੇ ਹੋ ਇਸ ਜਗ੍ਹਾ ਤੋਂ ਇਹਦੇ ਨਾਲ ਤੁਹਾਡੀ ਦਸਤਾਰ ਆ ਜਿਹੜੀ ਉੱਪਰ ਨੂੰ ਖਿਸਕੂਗੀ ਨਹੀਂ ਕਈ ਮੇਰੇ ਵੀਰਾਂ ਦੀ ਵੱਟ ਪਾਉਣ ਨਾਲ ਦਸਤਾਰ ਉੱਪਰ ਨੂੰ ਖਿਸਕਦੀ ਰਹਿੰਦੀ ਆ ਜਦੋਂ ਆਪਾਂ ਦਸਤਾਰ ਦੇ ਦੋਨੋਂ ਪੱਲੇ ਉੱਪਰੋਂ ਤੇ ਨੀਚੋਂ ਦੋਨਾਂ ਸਾਈਡਾਂ ਤੋਂ ਪਿੰਚ ਕਰਦੇ ਆ ਤਾਂ ਆਪਣੀ ਸਾਰੇ ਜਿਹੜੇ ਲਾੜਾ ਉਹ ਮੋਹਲੇ ਸਾਈਡ ਨੂੰ ਆਉਂਦੇ ਹੁੰਦੇ ਪਿੱਛੇ ਨੂੰ ਨਹੀਂ ਖਿਸਕਦੇ ਹੁਣ ਸਲਾਈ ਦੀ ਹੈਲਪ ਨਾਲ ਤੁਸੀਂ ਇਹਦੇ ਜਿਹੜੇ ਵੱਟ ਪਾਏ ਆ ਇਹਨਾਂ ਦੇ ਵਿੱਚ ਵਟਾ ਨੂੰ ਵਟਾ ਚ ਵਿੱਚ ਕਨਵਰਟ ਕਰ ਦੇਣਾ ਹੋਰ ਕਿ ਇਹ ਸਿੱਧੇ ਸਿੱਧੇ ਜਿੰਨਾ ਲੱਗਣ ਖਿਚਮਿਚ ਟਾਈਪ ਕਰ ਦੇਣਾ ਇਹਨਾਂ ਨੂੰ ਠੀਕ ਹੈ ਕਿ ਪਤਾ ਨਾ ਲੱਗੇ ਕਿ ਕਿਹੜੇ ਲੜਦੇ ਕਿੰਨੇ ਕੁ ਵਟ ਬਣਾਏ ਆ ਚੰਗੀ ਤਰ੍ਹਾਂ ਪਿੱਛੇ ਤੱਕ ਸਾਫ਼ ਕਰਨ ਤੋਂ ਬਾਅਦ ਜੋ ਇਹਨਾਂ ਨੂੰ ਸਹੀ ਤਰੀਕੇ ਨਾਲ ਤੁਸੀਂ ਇਹ ਜਗ੍ਹਾ ਤੋਂ ਦਸਤਾਨ ਨੂੰ ਕੰਪਲੀਟ ਕਰਨਾ ਹੈ ਮੋਲੇ ਹਿੱਸੇ ਤੋਂ ਜਿਹੜੀ ਕੋਰਨਰ ਆ ਉੱਥੇ ਤੱਕ ਸਾਰੇ ਵਟ ਤੁਸੀਂ ਸਹੀ ਤਰੀਕੇ ਨਾਲ ਲਗਾਣੇ ਆ ਹੁਣ ਅਸੀਂ ਸੱਜੇ ਪਾਸੇ ਉਹ ਜਿਹੜਾ ਚੌਥਾ ਲੜ ਲਾ ਰਹੇ ਆ ਇਹਦੇ ਵਿੱਚ ਵੀ ਤੁਸੀਂ ਇਸੇ ਤਰੀਕੇ ਨਾਲ ਹੀ ਕਰਨਾ ਆ ਦੋਨੋਂ ਪੱਲੇ ਖੋਲਣੇ ਆ ਪਿੱਛੋਂ ਦੀ ਉੱਪਰਲੀ ਸਾਈਡ ਤੇ ਮੋਟਾ ਹਿੱਸਾ ਰੱਖ ਕੇ ਦੋਨੋਂ ਪੱਲੇ ਨੀਚੇ ਤੱਕ ਬਰਾਬਰ ਰੱਖਣੇ ਆ ਤੇ ਜੇ ਕੋਈ ਲੜ ਜਾਦਾ ਚੋੜਾ ਹੈ ਉਹਨੂੰ ਇਸ ਤਰੀਕੇ ਨਾਲ ਇਕੱਠਾ ਕਰਨਾ ਹੈ ਤੇ ਜਿਹੜੀਆਂ ਤੁਹਾਡੀਆਂ ਦੋਨੋਂ ਅੱਖਾਂ ਆ ਕਿ ਲਗਭਗ ਬਰਾਬਰ ਹੋਣ ਬਾਅਦ ਦੇ ਵਿੱਚ ਇਸ ਲਈ ਸਹੀ ਤਰੀਕੇ ਨਾਲ ਇਸ ਲੜ ਨੂੰ ਆਪਣੀ ਪੋਜੀਸ਼ਨ ਤੇ ਲਾਣਾ ਹੈ ਉੱਪਰਲੀ ਸਾਈਡ ਤੋਂ ਇਸ ਪੇਜ ਨੂੰ ਪਿੰਚ ਕਰਨ ਤੋਂ ਬਾਅਦ ਚੋਂ ਅਸੀਂ ਤਿੰਨ ਕੁੰਗਲਾ ਦੇ ਗੈਪ ਨਾਲ ਇਸ ਲੜ ਦੇ ਵੀ ਵੱਟ ਬਣਾਵਾਂਗੇ ਪਹਿਲਾਂ ਉੱਪਰਲੇ ਪੱਲੇ ਦੇ ਇੱਕ-ਇੱਕ ਕਰਕੇ ਸਾਰੇ ਵੱਟਾ ਜਿਹੜੇ ਤੁਸੀਂ ਇੱਕੋ ਜਗ੍ਹਾ ਤੇ ਪਿੰਚ ਕਰਨੇ ਆ ਧਿਆਨ ਰੱਖਣਾ ਖੱਬੇ ਹੱਥ ਨਾਲ ਹਮੇਸ਼ਾ ਤੁਸੀਂ ਦਸਤਾਨ ਨੂੰ ਜਿਹੜਾ ਖਿੱਚ ਕੇ ਰੱਖਣਾ ਹੈ ਇਹਨਾਂ ਨਾਲ ਤੁਹਾਡੇ ਵਾਟ ਟਾਈਟ ਵੀ ਲੈਂਦੇ ਆ ਤੇ ਤੁਹਾਡੇ ਵਾਟ ਇੱਕ ਜਗ੍ਹਾ ਤੇ ਟੀਕੇ ਵੀ ਰੋਗੇ ਜਦੋਂ ਤੁਸੀਂ ਇਹਨਾਂ ਨੂੰ ਰੱਖੋਗੇ ਹੁਣ ਦੇਖੋ ਆਪਾਂ ਦਸਤਾਰ ਨੂੰ ਉੱਪਰੋਂ ਵੀ ਪਿੰਚ ਕੀਤਾ ਨਾਲ ਦੀ ਨਾਲ ਨੂੰ ਮੋਲੇ ਹਿੱਸੇ ਦੇ ਵਾਟਾ ਜਿਹੜੇ ਉਹਨਾਂ ਨੂੰ ਵੀ ਇੱਕੋ ਪੋਜੀਸ਼ਨ ਤੇ ਲੈ ਕੇ ਆਏ ਆ ਮੋਲੇ ਹਿੱਸੇ ਤੋਂ ਸਾਰੇ ਵਾਟ ਤੁਹਾਡੇ ਇੱਕੋ ਜਗ੍ਹਾ ਤੋਂ ਨਿਕਲਦੇ ਹੋਏ ਨਜ਼ਰਾਨੇ ਚਾਹੀਦੇ ਨੇ ਇਸ ਲਈ ਤੁਹਾਨੂੰ ਬਾਰ ਬਾਰ ਇੱਕੋ ਗੱਲ ਰਿਪੀਟ ਕਰਦੇ ਹੁੰਨੇ ਆ ਸੀ ਸਾਰੇ ਵਾਟ ਇੱਕੋ ਜਗ੍ਹਾ ਤੇ ਰੱਖੋ ਤੇ ਇੱਕੋ ਹੀ ਜਗ੍ਹਾ ਤੋਂ ਨਿਕਲਦੇ ਨਜ਼ਰਾਨੇ ਹੋ ਪਿੱਛੇ ਤੱਕ ਇਸ ਲੜਨ ਨੂੰ ਉੱਪਰਲੇ ਹਿੱਸੇ ਤੋਂ ਖਿੱਚ ਕੇ ਬਰਾਬਰ ਕਰਨਾ ਬਾਕੀ ਪੇਚਾਂ ਵਾਂਗ ਤੇ ਇਹਨਾਂ ਦੇ ਵਿੱਚ ਜਿਹੜੇ ਵਟ ਬਣਾਏ ਆ ਇਹਨਾਂ ਨੂੰ ਵੀ ਅਸੀਂ ਵਟਾ ਚੋਂ ਵਟ ਕਢਨੇ ਆ ਠੀਕ ਹੈ ਕਿਉਂਕਿ ਆਪਾਂ ਜਿੰਨੇ ਵੀ ਵਟ ਬਣਾਏ ਆ ਉਹਨੂੰ ਸੈਂਟਰ ਚੋਂ ਫੜਨਾ ਹੈ ਵਟ ਨੂੰ ਉਹਨੂੰ ਖਿੱਚ ਕੇ ਦੁਬਾਰਾ ਫੋਲਡ ਕਰ ਦੇਣਾ ਹੈ ਉਹਦੇ ਨਾਲ ਤੁਹਾਡੇ ਸਿੱਧੇ ਸਿੱਧੇ ਵਟ ਨਹੀਂ ਰਹਿੰਦੇ ਹੈਗੇ ਉਹ ਤੁਹਾਡੇ ਵਟ ਟੇਡੇ ਮੇਡੇ ਜੇ ਹੋ ਜਾਂਦੇ ਹੈ ਪਿੱਛੇ ਨੂੰ ਇਸ ਲੜਨ ਨੂੰ ਵੀ ਚੰਗੀ ਤਰ੍ਹਾਂ ਪਿੰਚ ਕਰਕੇ ਰੱਖ ਦੇਣਾ ਹੈ ਤੇ ਹੁਣ ਅਸੀਂ ਰਾਈਟ ਸਾਈਡ ਤੋਂ ਜਿਹੜਾ ਸੈਕਿੰਡ ਲਾਸਟ ਪੱਲਾ ਲਾਉਣ ਤੋਂ ਪਹਿਲਾਂ ਦਸਤਾਰ ਦੇ ਹਰੇਕ ਹਿੱਸੇ ਤੋਂ ਦਸਤਾਰ ਨੂੰ ਸਹੀ ਕਰਾਂਗੇ ਜੇ ਕੋਈ ਵਾਟ ਢਿੱਲਾ ਲੱਗਦਾ ਹੋਵੇ ਤੁਹਾਨੂੰ ਸਲਾਈ ਫੇਰ ਕੇ ਇਸ ਤਰੀਕੇ ਨਾਲ ਤੁਸੀਂ ਟਾਈਟ ਕਰ ਸਕਦੇ ਹੋ ਮੋਲੇ ਹਿੱਸੇ ਤੋਂ ਜੇ ਤੁਸੀਂ ਸਿੱਧੇ-ਸਿੱਧੇ ਵਾਟ ਨਹੀਂ ਦਿਖਾਣੇ ਤਾਂ ਪਹਿਲਾਂ ਤਾਂ ਇਸ ਤਰ੍ਹਾਂ ਦਸਤਾਰ ਦੇ ਜਿਹੜੇ ਵਾਟ ਆ ਉਹ ਤੁਸੀਂ ਖਿੱਚ ਲੈਣੇ ਨੇ ਖਿੱਚ ਕੇ ਤੁਹਾਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਦਿਖਾਵਾਂਗੇ ਅਸੀਂ ਚੰਗੀ ਤਰ੍ਹਾਂ ਖੋਲ ਲੈਣੇ ਆ ਲੜ ਖੋਲ ਕੇ ਇਹਨਾਂ ਨੂੰ ਉੱਪਰ ਨੂੰ ਦੁਬਾਰਾ ਨੂੰ ਪਿੰਚ ਕਰਕੇ ਲਗਾ ਦੇਣਾ ਹੈ ਅਸੀਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ ਅਸੀਂ ਇਹਦੇ ਵਿੱਚ ਤੁਹਾਨੂੰ ਕੋ ਤਾਂ ਉਹ ਕਮੈਂਟ ਕਰ ਸਕਦੇ ਹੋ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੈਸੇ ਤਾਂ ਤੇ ਬਾਕੀ ਮੇਰੇ ਵੀਡੀਓ ਸਾਡੀਆਂ ਵੀਡੀਓ ਨਾਲ ਜੁੜੇ ਰਿਹਾ ਕਰੋ ਤਾਂ ਜੋ ਤੁਹਾਨੂੰ ਅਸੀਂ ਡਿਟੇਲਿੰਗ ਦੇ ਵਿੱਚ ਹਰ ਇੱਕ ਦਸਤਾਰ ਦਾ ਟਿਊਟੋਰੀਅਲ ਸਿਖਾ ਸਕੀਏ ਤੇ ਇਸ ਤਰੀਕੇ ਨਾਲ ਤੁਸੀਂ ਸਾਰੇ ਜਿਹੜੇ ਲਾੜਾ ਖੋਲਲੇ ਆ ਖੋਲ ਕੇ ਉਹਨਾਂ ਦੇ ਵਿੱਚ ਵਟੋ-ਵਟੀ ਕਰ ਦੇਣਾ ਉਹਨਾਂ ਨੂੰ ਕਿ ਹੁਣ ਪਤਾ ਨਾ ਲੱਗੇ ਕਿ ਕਿਹੜੇ ਲੜਦੇ ਕਿੰਨੇ ਕੁ ਵਟ ਬਣਾਏ ਆ ਤੁਸੀਂ ਇਸ ਤਰੀਕੇ ਨਾਲ ਤੁਹਾਡੇ ਜਿਹੜੇ ਵਟਾਂ ਉਹ ਬੜੇ ਵਧੀਆ ਲੱਗਣਗੇ ਐਨ ਸਮਝ ਨਹੀਂ ਆਣਾ ਕਿਸੇ ਨੂੰ ਕਿ ਹਾਂ ਕੀ ਪਤਾ ਨਹੀਂ ਲੱਗੂਗਾ ਕਿਸੇ ਨੂੰ ਕਿਹੜੇ ਲੜਦੇ ਕਿੰਨੇ ਕੁ ਵਟ ਬਣਾਇਆ ਤੁਸੀਂ ਇਹ ਤੁਸੀਂ ਸਲਾਈਨਾ ਵੀ ਕਰ ਸਕਦੇ ਹੋ ਮੈਂ ਪੈਨ ਨਾਲ ਨਹੀਂ ਕਰਦਾ ਕਿਉਂਕਿ ਪੈਨ ਨਾਲ ਮੈਂ ਕੋਸ਼ਿਸ਼ ਕੀਤੀ ਸੀ ਇੱਕ ਵਾਰੀ ਉਸ ਤੋਂ ਬਾਅਦ ਮੈਂ ਨਹੀਂ ਟਰਾਈ ਕੀਤਾ ਉਹਨੂੰ ਕਿਉਂਕਿ ਉਹਨਾਂ ਦਸਤਾਰਾਂ ਜਿਹੜੀ ਖਰਾਬ ਹੁੰਦੀ ਆ ਤੇ ਤੁਸੀਂ ਸਲਾਈਨਾ ਕਰ ਸਕਦੇ ਹੋ ਜੇ ਬਾਕੀ ਇਹ ਤੁਹਾਡੀ ਮਰਜ਼ੀ ਆ ਤੁਸੀਂ ਜੇ ਕਰਨਾ ਹੈ ਤਾਂ ਕਰ ਸਕਦੇ ਹੋ ਸੋ ਮੇਰੀ ਗੱਲ ਐਦਾ ਹੈ ਕਿ ਮੈਂ ਕੋਈ ਇਨਾਮ ਤਾਂ ਜਿੱਤਣਾ ਨਹੀਂ ਜਿਹੜਾ ਤੁਹਾਨੂੰ ਮੈਂ ਪੈਨ ਨਾਲ ਵਟ ਪਾ ਕੇ ਦਿਖਾ ਦਵਾਂ ਹਨਾ ਤੇ ਜਿਹੜੀ ਚੀਜ਼ ਮੈਨੂੰ ਨਹੀਂ ਸਹੀ ਲੱਗਦੀ ਉਹ ਮੈਂ ਨਹੀਂ ਕਰਦਾ ਹੈਗਾ ਕਿਉਂਕਿ ਮੈਨੂੰ ਲੱਗਦਾ ਉਹਦਾ ਦਸਤਾਨ ਨੂੰ ਨੁਕਸਾਨ ਹੁੰਦਾ ਤੇ ਇਸ ਲਈ ਮੈਂ ਨਹੀਂ ਕਰਦਾ ਉਸ ਜਗ੍ਹਾ ਤੋਂ ਤੇ ਹੁਣ ਅਸੀਂ ਸੱਜੇ ਪਾਸੇ ਉਹ ਜਿਹੜਾ ਸੈਕਿੰਡ ਲਾਸਟ ਲੜ ਲਾਵਣਾ ਤੇ ਇਹਦੇ ਲਈ ਕੀ ਕਰਨਾ ਹੈ ਪਹਿਲਾਂ ਤਾਂ ਅਸੀਂ ਕੱਲਾ ਬੱਲਾ ਬੱਲਾ نیچے ਨੂੰ ਖੋਲਣਾ ਹੈ ਅੰਦਰਲੇ ਪੋਲੇ ਨੂੰ ਉੱਪਰ ਇਕੱਠਾ ਕਰ ਦੇਣਾ ਹੈ ਪਿੱਛੇ ਜੀ ਪਿੰਚ ਕਰਕੇ ਮੋਟਾ ਹਿੱਸਾ ਉੱਪਰ ਆ ਕੇ ਅਸੀਂ ਇਹ ਸਪੇਚ ਨੂੰ ਵੀ ਲਗਾ ਦੇਣਾ ਹੈ ਧਿਆਨ ਰੱਖਣਾ ਉਪਰੋ ਜੀ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਅੰਦਰ ਨੂੰ ਫੋਲਡ ਕਰਨਾ ਹੈ ਕਿਉਂਕਿ ਬਾਕੀ ਪੇਚਾਵਾਂਗੇ ਇਹਨੂੰ ਵੀ ਉਪਰੋ ਮੋਟਾ ਕਰਨਾ ਹੈ ਅਸੀਂ ਕਿਉਂਕਿ ਦਸਤਾਰ ਦੀ ਸ਼ੇਪ ਬਣਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦਾ ਹੁੰਦਾ ਹੈ ਇਹ ਪੇਚ ਤੇ ਨੀਚਲੇ ਹਿੱਸੇ ਤੋਂ ਇਸ ਲੜ ਨੂੰ ਫੜ ਕੇ ਤੁਸੀਂ ਪਿੱਛੇ ਨੂੰ ਖਿੱਚ ਕੇ ਲਗਾ ਦੇਣਾ ਜਿੰਨਾ ਇਹ ਲੜ ਤੁਹਾਡਾ ਟਾਈਟ ਹੋ ਜਾਊਗਾ ਤੇ ਦੋਨੋਂ ਅੱਖਾਂ ਹੁਣ ਤੁਹਾਡੀਆਂ ਬਰਾਬਰ ਹੋਣੀਆਂ ਚਾਹੀਦੀਆਂ ਕਿਉਂਕਿ ਇਸ ਤੋਂ ਬਾਅਦ ਇਕੱਲਾ ਕਲਗੀ ਵਾਲਾ ਪੇਚ ਹੀ ਲੱਗਣਾ ਹੈ ਤੇ ਕੰਨ ਨੂੰ ਸਹੀ ਕਰਨ ਤੋਂ ਬਾਅਦ ਤੁਸੀਂ ਇੱਕ ਵਾਰੀ ਪਿੰਚ ਕਰਕੇ ਰੱਖਣਾ ਹੈ ਇਸ ਲੜ ਨੂੰ ਕਿਉਂਕਿ ਇਹਦੇ ਤੋਂ ਬਾਅਦ ਅਸੀਂ ਇਹਦੇ ਵਟ ਨਹੀਂ ਬਣਾਣੇ ਇਹਦੇ ਵਿੱਚ ਕੋਈ ਵਟ ਨਹੀਂ ਬਣਾਣਾ ਇਹਨੂੰ ਜਾਂ ਤਾਂ ਤੁਸੀਂ ਪਤਲਾ ਕਰਕੇ ਲਗਾ ਲਓ ਕਿਉਂਕਿ ਇਹ ਨਾਲ ਸ਼ੇਪ ਬਣਨੀ ਆ ਤੁਹਾਡੀ ਦਸਤਾਰ ਦੀ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹੁੰਦਾ ਤੁਹਾਨੂੰ ਇਹ ਚੀਜ਼ ਕਹਿਣ ਦੀ ਕਿ ਆਖਰੀ ਲੜਦਾ ਵਟ ਨਾ ਬਣਾਓ ਬਣਾਉਣ ਚ ਕੋਈ ਹਰਜ ਵੀ ਨਹੀਂ ਹੈਗਾ ਬਣਾ ਵੀ ਸਕਦੇ ਤੁਸੀਂ ਮੈਂ ਕਈ ਵਾਰ ਬਣਾ ਕੇ ਦਿਖਾਇਆ ਆਖਰੀ ਲੜ ਦੇ ਵਿੱਚ ਵਟ ਬਟ ਨਾ ਬਣਾਣਾ ਇੱਕ ਥੋੜੀ ਜਿਹੀ ਕਹਿੰਦਾ ਸਾਡੇ ਕੋਲ ਪੋਜ਼ਿਟਿਵ ਪੁਆਇੰਟ ਰਹਿੰਦਾ ਆ ਕਿ ਸਾਡੀ ਦਸਤਾਰ ਦੀ ਜਿਹੜੀ ਸ਼ੇਪ ਆ ਉਹਨੂੰ ਅਸੀਂ ਜਾਦਾ ਧਿਆਨ ਦੇਸਾ ਨਹੀਂ ਉਸ ਚੀਜ਼ਾਂ ਜੇ ਆਪਾਂ ਨੀਚਲੇ ਹਿੱਸੇ ਤੇ ਵਟ ਬਣਾਈਏ ਤਾਂ ਉੱਪਰੋਂ ਕਦੀ ਕਦੀ ਕਮੀ ਪੇਸ਼ੀ ਰਹਿ ਜਾਂਦੀ ਆ ਬਣਾਉਣ ਨੂੰ ਬਣਾ ਸਕਦੇ ਆ ਅਸੀਂ ਉਹਦੇ ਵਿੱਚ ਕੋਈ ਦੋਰੈ ਨਹੀਂ ਹੈਗੀ ਬਟ ਆਪਾਂ ਇਹ ਤੁਹਾਨੂੰ ਮਨਾ ਨਹੀਂ ਕਰਦੇ ਬਣਾਉਣ ਨੂੰ ਤੁਸੀਂ ਬਣਾ ਸਕਦੇ ਹੋ ਉਸ ਜਗ੍ਹਾ ਤੋਂ ਚੰਗੀ ਤਰ੍ਹਾਂ ਇਸ ਲੰਨ ਨੂੰ ਇੱਕ ਵਾਰੀ ਲਾ ਕੇ ਦੁਬਾਰਾ ਅੰਦਰ ਨੂੰ ਫੋਲਡ ਕੀਤਾ ਪਿੱਛੇ ਤੱਕ ਸਾਫ਼ ਕਰਕੇ ਲਾਣਾ ਕਿਉਂਕਿ ਇਹਦੇ ਵਿੱਚ ਦੇਖੋ ਅਸੀਂ ਇਹਨੂੰ ਪਤਲਾ ਜਿਹਾ ਲਾ ਦਈਏ ਫਿਰ ਇਹਦਾ ਪਤਾ ਹੀ ਨਹੀਂ ਲੱਗਣਾ ਇਹਦੇ ਵਿੱਚ ਵਟ ਬਣਾਏ ਆ ਕਿ ਨਹੀਂ ਬਣਾਏ ਆ ਅਸੀਂ ਉਹ ਚੀਜ਼ ਕਰਨੀ ਆਪਾਂ ਜਿਹਦਾ ਪਤਾ ਹੀ ਨਾ ਲੱਗੇ ਠੀਕ ਹੈ ਜੈਨੂੰ ਐਂਡ ਦੇ ਵਿੱਚ 3D ਵੀ ਕਰ ਸਕਦੇ ਆ ਅਸੀਂ ਉਹਦੇ ਵਿੱਚ ਵੀ ਕੋਈ ਦੁਰਾਏ ਨਹੀਂ ਹੈਗੀ ਅਸੀਂ ਕੀ ਨਹੀਂ ਕਰ ਸਕਦੇ ਜੋ ਤੁਹਾਡਾ ਮਨ ਆ ਤੁਸੀਂ ਕਰ ਸਕਦੇ ਹੋ ਅਸੀਂ ਬਸ ਤੁਹਾਨੂੰ ਸਮਝਾ ਰਹੇ ਹਾਂ ਕਿ ਇਹ ਇਹ ਚੀਜ਼ਾਂ ਤੁਸੀਂ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਕਿੱਦਾਂ ਕਰਕੇ ਦਿਖਾ ਰਹੇ ਹਾਂ ਉਹ ਵੀਡੀਓ 'ਚ ਤੇ ਪਿੱਛੇ ਜੀ ਤੁਸੀਂ ਲੁੱਪੀ ਵਾਲੇ ਪੱਲੇ ਨੂੰ ਲਗਾ ਦੇਣਾ ਤਾਂ ਜੋ ਅਸੀਂ ਉੱਪਰਲੇ ਹਿੱਸੇ ਤੋਂ ਤੇ ਹਰ ਇੱਕ ਜਗ੍ਹਾ ਤੋਂ ਦਸਤਾਰ ਦੀ ਚੰਗੀ ਤਰ੍ਹਾਂ ਸਫਾਈ ਕਰ ਲਈਏ ਪਹਿਲਾਂ ਤਾਂ ਅਸੀਂ ਖੱਬੇ ਪਾਸੇ ਸਾਰੇ ਲਾੜਾ ਜਿਹੜੇ ਉਹਨਾਂ ਨੂੰ ਇੱਕ ਇੱਕ ਕਰਕੇ ਅੰਦਰ ਨੂੰ ਫੋਲਡ ਕਰਾਂਗੇ ਤਾਂ ਜੋ ਖੱਬੇ ਪਾਸੇ ਵੀ ਆਪਣੇ ਲਾੜਾ ਜਿਹੜੇ ਬਰਾਬਰ ਦਿਖਾਈ ਦੇਣ ਪੰਜ ਪੇਚ ਕੱਢਨੇ ਆ ਉੱਪਰ ਇਸ ਲਈ ਧਿਆਨ ਰੱਖਿਓ ਕੋਈ ਵੀ ਜਿਹੜਾ ਪੇਚ ਆ ਤੁਹਾਡਾ ਕਿਸੇ ਦੇ ਪੇਚ ਦੇ ਅੰਦਰ ਜਾ ਕੇ ਲੁਕ ਨਾ ਜਾਵੇ ਤਾਂ ਉਹਨੂੰ ਪਹਿਲਾਂ ਕੱਢਣਾ ਪਹਿਲਾਂ ਬਾਹਰ ਕੱਟਣ ਤੋਂ ਬਾਅਦ ਫਿਰ ਦੁਬਾਰਾ ਨੂੰ ਮੋਟਾ ਕਰਨਾ ਹੈ ਅੰਦਰ ਨੂੰ ਫੋਲਡ ਕਰਕੇ ਇਹਦੇ ਨਾਲ ਤੁਹਾਡੇ ਖੱਬੇ ਪਾਸੇ ਵੀ ਪੰਜ ਲੜ ਹੋ ਜਾਣਗੇ ਸੱਜੇ ਪਾਸੇ ਤਾਂ ਸਾਡੇ ਪੰਜ ਹੁੰਦੇ ਹੀ ਆ ਤੇ ਹੁਣ ਤੁਸੀਂ ਇਹ ਕਰਨਾ ਪੰਜਵਾਂ ਲੜ ਵੀ ਇਸੇ ਤਰੀਕੇ ਨਾਲ ਅੰਦਰ ਤੱਕ ਫੋਲਡ ਕਰ ਦੇਣਾ ਸੱਜੇ ਪਾਸੇ ਵੀ ਇਸੇ ਤਰੀਕੇ ਨਾਲ ਕਰਨਾ ਹੈ ਕਿਉਂਕਿ ਆਪਣੇ ਲਾੜਾ ਜਿਹੜੇ ਉੱਪਰੋਂ ਜੀ ਕਈ ਵਾਰ ਢਿੱਲੇ ਹੁੰਦੇ ਆ ਇਸ ਤਰ੍ਹਾਂ ਦੇਖਣ ਨਾਲ ਤੁਹਾਡੇ ਪੇਜ ਆ ਜਿਹੜੇ ਸਾਰੇ ਟਾਈਟ ਹੋ ਜਾਂਦੇ ਉੱਪਰੋਂ ਤੇ ਦਸਤਾਰ ਵੀ ਦੋਨਾਂ ਸਾਈਡਾਂ ਤੋਂ ਬਰਾਬਰ ਹੋ ਜਾਂਦੀ ਆ ਬਰਾਬਰ ਹੋਣ ਦਾ ਮਤਲਬ ਹੈ ਕਿ ਪੰਜੇ ਦੇ ਪੰਜ ਲੜ ਤੁਹਾਡੇ ਇੱਕੋ ਲੇਅਰ ਦੇ ਵਿੱਚ ਹੋ ਜਾਂਦੇ ਉੱਪਰੋਂ ਹੁਣ ਦਸਤਾਰ ਨੂੰ ਥੋੜ ਤਾਂ ਜੋ ਆਪਾਂ ਦਸਤਾਨ ਨੂੰ ਚੰਗੀ ਤਰ੍ਹਾਂ ਟਿਕਾ ਸਕੀਏ ਆਪਣੀ ਜਗ੍ਹਾ ਤੇ ਤੇ ਹੁਣ ਆਪਾਂ ਦੂਜਾ ਸ਼ੀਸ਼ਾ ਲੈਣਾ ਹੈ ਦੂਜਾ ਸ਼ੀਸ਼ਾ ਲੈ ਕੇ ਜਿਹੜੇ ਵੱਟ ਰਹਿ ਗਏ ਨੇ ਇਹ ਸਾਫ਼ ਕਰਨੇ ਆ ਦੇਖੋ ਹੱਥਾਂ ਨਾਲ ਅਸੀਂ ਲੜ ਮੋਟੇ ਕਰ ਸਕਦੇ ਹਾਂ ਜਿਹੜੇ ਵੱਟ ਆ ਵੱਟ ਸਾਡੇ ਹਮੇਸ਼ਾ ਸਲਾਈ ਫੇਰ ਕੇ ਹੀ ਸਾਫ਼ ਹੁੰਦੇ ਆ ਕਿਉਂਕਿ ਆਪਾਂ ਬਣਾ ਰਹੇ ਹੈਵੀ ਕਪੜਾ ਰੂਬੀਆ ਵੈਲ ਕੈਮੀਕਲ ਤੇ ਇਹਦੇ ਵਿੱਚ ਜਦੋਂ ਆਪਾਂ ਸਾਫ਼ ਕਰਦੇ ਆ ਵੱਟ ਨਹੀਂ ਜਾਂਦੇ ਆ ਪੇਚ ਜਰੂਰ ਤੁਹਾਡੇ ਮੋਟੇ ਬਰਾਬਰ ਹੋ ਜਾਣਗੇ ਬਟ ਵੱਟ ਆ ਜਿਹੜੇ ਉਹ ਤੁਹਾਡੇ ਸਲਾਈ ਨੇ ਦੂਰ ਹੋਣੇ ਆ ਦੇਖੋ ਜਿਹੜੇ ਵੱਟ ਪਿੱਛੇ ਨੂੰ ਪੈ ਰਹੇ ਨੇ ਉਹ ਅੱਗੇ ਨੂੰ ਸਲਾਈ ਫੇ ਜਿਹੜੇ ਵੱਟ ਅੱਗੇ ਨੂੰ ਪੈ ਰਹੇ ਨੇ ਉਹ ਪਿੱਛੇ ਨੂੰ ਸਲਾਈ ਫੇਰ ਕੇ ਸੈੱਟ ਹੋਣੇ ਆ ਇਹ ਤੁਸੀਂ ਦੂਜੇ ਸ਼ਿਸ਼ੇ ਨਾਲ ਚੰਗੀ ਤਰ੍ਹਾਂ ਸਹੀ ਤਰੀਕੇ ਨਾਲ ਕਰ ਸਕਦੇ ਹੋ ਜੇ ਤੁਹਾਨੂੰ ਇਹ ਆਉਂਦਾ ਹੈ ਬਾਕੀ ਤੁਸੀਂ ਕੀ ਕਰਨਾ ਹੈ ਹੁਣ ਅਸੀਂ ਕਲਗੀ ਵਾਲਾ ਲੜ ਲਾਣਾ ਹੈ ਇਹਨੂੰ ਪਹਿਲਾਂ ਗਿੱਲਾ ਕਰਾਂਗੇ ਆਪਣੀ ਦਸਤਾਰ ਦਾ ਇਹ ਪੇਚ ਦੇਖੋ ਇਹ ਥੋੜਾ ਜਿਹਾ ਵੱਡਾ ਹੈ ਹੈਗਾ ਮੇਰੇ ਲਈ ਪਰਫੈਕਟ ਹੈ ਕਿਉਂਕਿ ਮੇਰੀਆਂ ਜਿਹੜੀਆਂ ਪੁਰਾਣੀਆਂ ਦਸਤਾਰਾਂ ਨੇ ਇਹ ਵੀ ਪੁਰਾਣੀ ਦਸਤਾਰੀ ਹੈ ਅਸਲ ਤੋਂ 3-4 ਸਾਲ ਪੁਰਾਣੀ ਦਸਤਾਰ ਹੈ ਇਹਦਾ ਲੜ ਬਹੁਤ ਵਧੀਆ ਆਉਂਦਾ ਹੈ ਠੀਕ ਹੈ ਜੀ ਕਿਉਂਕਿ ਮੈਨੂੰ ਪਤਾ ਮੇਰੀ ਕਿਹੜੀ ਦਸਤਾਰ ਦਾ ਲੜ ਕਿੰਨਾ ਆਉਂਦਾ ਉਸ ਹਿਸਾਬ ਨਾਲ ਮੈਂ ਫੜਦਾ ਹੁੰਨਾ ਤੇ ਜਿਹੜੀਆਂ ਨਵੀਆਂ ਦਸਤਾਰੇ ਲੈ ਕੇ ਆਨੇ ਆਸੀਂ ਉਹਨਾਂ ਦੇ ਲੜਾਂ ਜਿਹੜੇ ਪੂਰੇ ਸੂਰੇ ਆਉਂਦੇ ਆ ਉਹ ਦੇਖ ਕੇ ਬੰਨਣੀਆਂ ਪੈਂਦੀਆਂ ਕਿਉਂਕਿ ਹੁਣ ਕੱਪੜੇ ਵਾਲੀ ਜਿਹੜੀ ਵਿਥਾ ਉਹ ਘਟ ਜਾਂਦੀ ਹੈ ਤੇ ਇਸ ਲੜਨ ਨੂੰ ਤੁਸੀਂ ਚੰਗੀ ਤਰ੍ਹਾਂ ਖੋਲ ਕੇ ਦੋਨਾਂ ਪਾਸੇ ਪਿੰਚ ਕਰਨਾ ਹੈ ਪਿੰਚ ਕਰਕੇ ਪਹਿਲਾਂ ਉੱਪਰੋਂ ਜੀ ਫੋਲਡ ਕਰ ਦੇਣਾ ਲੜ ਨੂੰ ਅੰਦਰ ਫਿਰ ਨਿਚਲੇ ਹਿੱਸੇ ਤੋਂ ਫੋਲਡ ਕਰ ਦੇਣਾ ਦੇਖੋ ਜਿੰਨਾ ਕਚੋੜਾ ਲਾਣਾ ਹੈ ਉਹਨਾਂ ਕ ਲੜ ਹੀ ਰੱਖਣਾ ਹੈ ਕੋਈ ਵਿੱਚ ਵਟ ਨਹੀਂ ਪੈਣਾ ਚਾਹੀਦਾ ਤੁਹਾਡੇ ਪੇਚ ਦੇ ਨਾ ਉ ਪਿੱਛੇ ਤੱਕ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਫੋਲਡ ਕਰਕੇ ਪਿੱਛੇ ਤੱਕ ਪੇਚ ਨੂੰ ਲਾ ਦੇਣਾ ਹੈ ਤੇ ਦੋਨੋਂ ਔਖਾ ਬਰਾਬਰ ਟਾ ਕੇ ਇਸ ਜਗ੍ਹਾ ਤੋਂ ਤੁਸੀਂ ਇੱਕ ਵਾਰੀ ਕਲਗੀ ਵਾਲੇ ਲੜ ਨੂੰ ਕੁਮਾ ਲੈਣਾ ਹੈ ਕੁਮਾ ਕੇ ਇਸ ਸੈਂਟਰ ਦੇ ਵਿੱਚ ਲਾਣਾ ਹੈ ਧਿਆਨ ਨਾਲ ਦੇਖ ਕੇ ਤੇ ਇੱਕ ਪਿੰਨ ਲੈਣੀ ਆ ਪਿੰਨ ਦੀ ਹੈਲਪ ਨਾਲ ਤੁਸੀਂ ਇਸ ਪੇਚ ਨੂੰ ਟਿਕਾ ਦੇਣਾ ਆਪਣੀ ਜਗ੍ਹਾ ਤੇ ਦੇਖੋ ਪਿੰਨ ਦਾ ਬੜਾ ਇੰਪੋਰਟੈਂਟ ਰੋਲ ਹੁੰਦਾ ਆਪਣੀ ਕਲਗੀ ਨੂੰ ਟਿਕਾਉਣ ਦੇ ਵਿੱਚ ਪਿੰਨ ਹਮੇਸ਼ਾ ਤੁਹਾਡੀ ਥੋੜੀ ਜਿਹੀ ਖੱਬੇ ਹੱਥ ਨੂੰ ਟੇਢੀ ਹੋਣੀ ਚਾਹੀਦੀ ਆ ਟੇਢੀ ਦਾ ਮਤਲਬ ਇਹ ਹੈ ਆ ਟੇਢੀ ਕਰਕੇ ਨਹੀਂ ਲਾਣੀ ਥੋੜੀ ਜਿਹੀ ਪਿੰਨ ਟੇਢੀ ਲਾਣੀ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਇੱਕ ਕਲਗੀ ਜਿਹੜੇ ਉੱਤੇ ਟਿਕੀ ਜਾਂਦੀ ਆ ਫਿਰ ਲੋਡ ਮੁਤਾਬਕ ਤੁਸੀਂ ਆਪਣਾ ਕਲਗੀ ਵਾਲਾ ਲੜ ਜਿਹੜਾ ਖੋਲ ਲੈਣਾ ਚੰਗੀ ਤਰ੍ਹਾਂ ਵੱਟ ਪਾ ਕੇ ਤੇ ਧਾਗੇ ਵਾਲਾ ਹਿੱਸਾ ਬਾਹਰ ਨਾ ਵੀ ਇਸ ਗੱਲ ਦਾ ਤੁਸੀਂ ਖਾਸਤਿਆਂ ਦੇਖਣਾ ਹੈ ਸੈਂਟਰ ਦੇ ਵਿੱਚ ਇਸ ਪੇਚ ਨੂੰ ਚੰਗੀ ਤਰ੍ਹਾਂ ਲਗਾਉਣ ਤੋਂ ਬਾਅਦ ਚੋਂ ਬਾਕੀ ਬਚਿਆ ਦਾ ਕਪੜਾ ਤੁਸੀਂ ਖੱਬੇ ਪਾਸੇ ਲੈਣਾ ਦੇਖੋ ਲੜ ਮੇਰਾ ਇਹਨ ਸਿੱਧਾ ਲੱਗਣਾ ਸੈਂਟਰ 'ਚ ਤੇ ਫਿਰ ਉੱਪਰ ਤੁਸੀਂ ਦੋ ਤਿੰਨ ਪਿੰਨਾ ਲਗਾ ਲੈਣੀ ਹੈ ਤਾਂ ਜੋ ਕਲਗੀ ਵਾਲਾ ਲੜਾ ਜਿਹੜਾ ਆਪਣੀ ਜਗ੍ਹਾ ਤੇ ਠੀਕ ਆ ਰਹੇ ਸਾਰੀ ਦੀ ਹੱਡੀ ਠੀਕ ਆ ਰਹੂਗਾ ਜੇ ਤੁਸੀਂ ਸਹੀ ਤਰੀਕੇ ਨਾਲ ਲਗਾਏ ਹੋਣਗੀ ਇਹ ਕਲਗੀਆਂ ਦਾ ਤੇ ਹੁਣ ਆਪਾਂ ਕੀ ਕਰਨਾ ਉੱਪਰੋ ਜੀ ਦਾ ਜਿਹੜਾ ਸੇਰਾ ਉਹਨੂੰ ਟਕਾਂਗੇ ਡਬਲ ਟਕਣਾ ਹੈ ਖੁੱਲੇ ਵਾਲਾ ਹਿੱਸਾ ਦੇਖੋ ਸਾਡਾ ਖੱਬੇ ਪਾਸੇ ਆ ਬੰਦ ਵਾਲਾ ਹਿੱਸਾ ਸੱਜੇ ਪਾਸੇ ਆ ਕਿਉਂਕਿ ਆਪਾਂ ਕਾਲੇ ਰੰਗ ਦਾ بیس ਬਣਿਆ ਹੋਇਆ ਤੇ ਇਹਨੂੰ ਅਸੀਂ ਜੇ ਲੁਕਾਉਣਾ ਹੈ ਚੰਗੀ ਤਰ੍ਹਾਂ ਤਾਂ ਹਮੇਸ਼ਾ ਇਸ ਨੂੰ ਡਬਲ ਟਕੋ ਡਬਲ ਕਪੜਾ ਹੋਊਗਾ ਤਾਂ ਕੋਈ ਵੀ ਕਪੜਾ ਡਾਰਕ ਤੁਹਾਡਾ ਸਿਰ ਦੇ ਵਿੱਚੋਂ ਝਾਤੀ ਨਹੀਂ ਮਾਰੂਗਾ ਕਪੜੇ ਦੀ ਤੇ ਹੁਣ ਤੁਸੀਂ ਦੋਨਾਂ ਪਾਸਾ ਤੋਂ ਚੰਗੀ ਤਰ੍ਹਾਂ ਇੱਕ ਇੱਕ ਲੜ ਚੱਕ ਕੇ ਉਹਦੇ ਅੰਦਰ ਕਰਤਾ ਪੇਚ ਫੇ ਪਿੱਛੇ ਲੂਪੀ ਵਾਲਾ ਪੱਲਾ ਖਿੱਚ ਕੇ ਦਸਤਾਨ ਨੂੰ ਕੰਪਲੀਟ ਕਰਾਂਗੇ ਹੋ ਸਕਿਆ ਤਾਂ ਤੁਸੀਂ ਹੁਣ ਆਪਣੀ ਦਸਤਾਰ ਨੂੰ ਉੱਪਰੋਂ ਜੇ ਕੋਈ ਕਮੀ ਪੇਸ਼ੀ ਆਂਦੀ ਹੋਵੇ ਤਾਂ ਉਹਨੂੰ ਸਹੀ ਤਰੀਕੇ ਨਾਲ ਕਰ ਸਕਦੇ ਹਾਂ ਤੇ ਅਸੀਂ ਜੇ ਕਰਨਾ ਸੀ ਕਰ ਵੀ ਸਕਦੇ ਹਾਂ ਤੇ ਆਪਾਂ ਨੂੰ ਪਤਾ ਹੈ ਆਪਣੀ ਦਸਤਾਰ ਉੱਪਰੋਂ ਸਹੀ ਆ ਤੇ ਦੋਨਾਂ ਸਾਈਡਾਂ ਤੋਂ ਆਪਾਂ ਲੁਪੀ ਵਾਲੇ ਪੱਲੇ ਨੂੰ ਅੰਦਰ ਕਰਕੇ ਕਲਗੀ ਵਾਲੇ ਪੇਚ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਨੀਚੇ ਤੱਕ ਖੋਲ ਲੈਣਾ ਹੈ ਦੋਨਾਂ ਸਾਈਡਾਂ ਤੋਂ ਕਿ ਆਪਣਾ ਕੋਈ ਵੀ ਬਲਵਲੇਵਾ ਤਾਂ ਨਹੀਂ ਪੈਂਦਾ ਪਿਆ ਕਲਗੀ ਵਾਲੇ ਪੇਚ ਚੰਗੀ ਤਰ੍ਹਾਂ ਖੋਲਣ ਤੋਂ ਬਾਅਦ ਤੁਸੀਂ ਲੁਪੀ ਵਾਲਾ ਪੱਲਾ ਇਸ ਤਰੀਕੇ ਨਾਲ ਚੱਕ ਕੇ ਇਹਨਾਂ ਨੂੰ ਅੰਦਰ ਕਰ ਦੇਣਾ ਹੈ ਦੋਨਾਂ ਸਾਈਡਾਂ ਤੋਂ ਜਿਹੜੇ ਪੇਚ ਆ ਉਹ ਟਾਈਟ ਕਰਕੇ ਅੰਦਰ ਨੂੰ ਲੈ ਜਾਣੇ ਆ ਤੇ ਉੱਪਰਲੀ ਸਾਈਡ ਪੂਰੀ ਡਿਟੇਲ ਦੇ ਵਿੱਚ ਸਟੈਪ ਬਾਈ ਸਟੈਪ ਤੁਹਾਨੂੰ ਸਮਝਾਇਆ ਮੈਂ ਇਸ ਦਸਤਾਰ ਦੇ ਟਿਊਟੋਰੀਅਲ 'ਚ ਕਿ ਕਿਹੜੀ ਜਗ੍ਹਾ ਤੋਂ ਕਿਤਾ ਦਸਤਾਰ ਨੂੰ ਸਹੀ ਕਰਨਾ ਤੁਸੀਂ ਇਸ ਲਈ ਮੇਰੇ ਵੀਰੋ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਸ਼ੇਅਰ ਕਰੋ ਕਰੋ ਸਾਡੀ ਵੀਡੀਓ ਤਾਂ ਜੋ ਉਹ ਵੀ ਦਸਤਾਰ ਦੀ ਵੀਡੀਓ ਦੇਖ ਕੇ ਸਿੱਖ ਸਕਣ ਤੇ ਸਲਾਈ ਦੀ ਹੈਲਪ ਨਾਲ ਚੰਗੀ ਤਰ੍ਹਾਂ ਹਰੇਕ ਕਿਸੇ ਤੋਂ ਦਸਤਾਰ ਨੂੰ ਸਾਫ਼ ਕਰਨ ਤੋਂ ਬਾਅਦ ਜੋ ਅਸੀਂ ਤੁਹਾਨੂੰ ਹਰੇਕ ਕਿਸੇ ਤੋਂ ਦਸਤਾਰ ਦੇ ਦਰਸ਼ਨ ਕਰਾਉਣੇ ਆ ਜੀ ਤੇ ਹੁਣ ਤੁਸੀਂ ਮੇਰੇ ਵੀਰੋ ਦੇਖ ਸਕਦੇ ਹੋ ਜੀ ਫਰੰਟ ਤੋਂ ਦਸਤਾਰ ਦੀ ਵੀਡੀਓ ਤੇ ਬਾਕੀ ਹੁਣ ਦੇਖ ਸਕਦੇ ਹੋ ਜੀ ਲੈਫਟ ਸਾਈਡ ਤੋਂ ਬਾਕੀ ਪੂਰਾ ਤੁਹਾਨੂੰ 360뷰 ਦੇਵਾਂਗੇ ਆਪਾਂ ਤੇ ਵੀਡੀਓ ਵਧੀਆ ਲੱਗਦੀਆਂ ਹੁੰਦੀ ਹੈ ਤਾਂ ਜਰੂਰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਦਸਤਾ ਦਾ ਟਿਊਟੋਰੀਅਲ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ ਬਾਕੀ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਨਵੇਂ ਵੀਡੀਓ ਡਿਸਕ੍ਰਿਪਸ਼ਨ ਜਿੱਥੇ ਜਾਣੇ ਬਟਨ ਤੇ ਜਾ ਕੇ ਦੇਖ ਸਕਦੇ ਹੋ ਹੁਣ ਲੱਗੇ ਨਿਊ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ